ਅੰਮ੍ਰਿਤਸਰ ਦੇ ਕਾਂਗਰਸੀ ਸੰਸਦ ਸਰਦਾਰ ਗੁਰਜੀਤ ਸਿੰਘ ਔਜਲਾ ਦੇ ਘਰ ਕਾਂਗਰਸ ਦੇ ਸਾਰੇ ਪਾਰਸ਼ਦ ਵਰਕਰ ਅਤੇ ਨੇਤਾ ਇਕੱਠਾ ਹੋਏ ਅਤੇ ਉਨ੍ਹਾਂ ਨੇ ਔਜਲਾ ਨੂੰ ਆਪਣਾ ਦੁੱਖ ਸੁਣਾਇਆ। ਇਸ ਮੌਕੇ ਔਜਲਾ ਨੇ ਸਭ ਨੂੰ ਹੌਸਲਾ ਦਿੰਦੇ ਹੋਏ ਉਨ੍ਹਾਂ ਦੇ ਨਾਲ ਖੜੇ ਰਹਿਣ ਦਾ ਭਰੋਸਾ ਦਿੱਤਾ। ਉੱਥੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ ਵੀ ਮੌਜੂਦ ਸੀ, ਜਿਨ੍ਹਾਂ ਦਾ ਕਹਿਣਾ ਹੈ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ, ਜਿਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਜ਼ਰੂਰ ਦਿੱਤਾ ਜਾਵੇਗਾ। ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਸਾਹਿਬ ਦੇ ਉਹਨਾਂ ਨੇ ਚੰਗਾ ਉਪਰਾਲਾ ਕੀਤਾ ਕਿ ਐਕਟਿਵ ਜਿਹੜੇ ਕਾਂਗਰਸ ਦੇ ਸਾਥੀ ਨੇ ਬਲਾਕਾਂ ਦੇ ਪ੍ਰਧਾਨ ਬੁਲਾ ਕੇ ਜਿੱਥੇ ਉਹਨਾਂ ਨੇ ਚਾਹ ਪਾਣੀ ਪੀਤੀ ਹੈ ਅਤੇ ਉੱਥੇ ਹੀ ਉਹਨਾਂ ਦਾ ਸਲਾਹ, ਔਰ ਮੈਂ ਇਹਨਾਂ ਦਾ ਧੰਨਵਾਦੀ ਵੀ ਹਾਂ ਕਿ ਇਹਨਾਂ ਨੇ ਬਹੁਤ ਵਧੀਆ ਆਰਗਨਾਈਜੇਸ਼ਨ ਵਾਸਤੇ ਸੰਗਠਨ ਲੱਗ ਕੇ ਇਹ ਸਾਡੀ ਮਦਦ ਕਰ ਰਹੇ ਨੇ। ਔਰ ਔਜਲਾ ਸਾਹਿਬ ਨੇ ਸਾਰੇ ਸਾਥੀਆਂ ਨਾਲ ਉਹਨਾਂ ਮਨ ਦੀ ਗੱਲ ਸੁਣੀ ਹੈ, ਹਰ ਇੱਕ ਨੇ ਖੁੱਲ੍ਹ ਕੇ ਗੱਲ ਕੀਤੀ ਹੈ, ਚਾਹੇ ਸੰਗਠਨ ਦੀ ਹੈ ਚਾਹੇ ਸਰਕਾਰ ਦੀ ਹੈ। ਅਤੇ ਮੈਂ ਸਮਝਦਾ ਕਿ ਇਸ ਮੀਟਿੰਗ ਦੇ ਬਾਅਦ ਵਰਕਰਾਂ ਦੇ ਵਿੱਚ ਜਿਹੜੇ ਸਾਡੇ ਅਹੁਦੇਦਾਰ ਨੇ ਉਹਨਾਂ 'ਚ ਨਵਾਂ ਜੋਸ਼ ਆਇਆ ਹੈ, ਉਹਨਾਂ ਨੇ ਇਹ ਵੀ ਵਾਅਦਾ ਕੀਤਾ ਕਿ ਗਾਹ ਵਗਾਹ ਅਸੀਂ ਇਸੇ ਤਰ੍ਹਾਂ ਹੀ ਇੱਕ ਦੂਜੇ ਨੂੰ ਮਿਲਦੇ ਰਹਾਂਗੇ। ਔਰ ਇਹ ਜਿਹੜੀ ਮੀਟਿੰਗ ਦੀ ਤਿਆਰੀ ਸੀ ਉਹ 19 ਦੇ ਇਲੈਕਸ਼ਨ ਵਾਸਤੇ ਅਸੀਂ ਸ਼ੁਰੂ ਕੀਤੀ ਹੈ, ਔਰ ਮੈਂ ਫਿਰ ਅਕੀਤ ਇਹਨਾਂ ਦਾ ਧੰਨਵਾਦ। ਠੀਕ ਹੈ, ਚਾਹ ਦੇ ਕੰਮ ਦੇ ਉੱਤੇ ਤਾਂ ਕਿ ਅਸੀਂ ਜਿਹੜਾ ਵਿਚਾਰ ਵਟਾਂਦਰਾ ਕੋਈ ਜਿਹੜਾ ਹੇਠਲੇ ਪੱਧਰ ਦੇ ਉੱਤੇ ਵਰਕਰ ਦੀਆਂ ਕੋਈ ਮੁਸ਼ਕਲਾਂ ਨੇ, ਕੋਈ ਲੋਕਾਂ ਦੀਆਂ ਮੁਸ਼ਕਲਾਂ ਨੇ, ਉਹਨਾਂ ਤੋਂ ਜਾਣ ਹੋ ਸਕੀ ਭਾਈ ਸਾਹਿਬ ਬੜੇ ਬੜੇ ਉਮਰ ਦੇ ਨਾਲ ਉਹਨਾਂ ਨੇ ਆਪਣੀ ਗੱਲ ਰੱਖੀ ਆ। ਔਰ ਇਹ ਜਿਹੜਾ ਮੀਟਿੰਗਾਂ ਦਾ ਸਿਲਸਿਲਾ ਹੀ ਅਸੀਂ ਹੌਲੀ ਹੌਲੀ ਵਿਧਾਨ ਸਭਾ ਦੇ ਹਲਕਿਆਂ ਦੇ ਅਨੁਸਾਰ, ਬਲੋਕ ਪ੍ਰਧਾਨਾਂ ਦੇ ਅਨੁਸਾਰ, ਜਿਹੜੇ ਫਰੰਟ ਆਰਗਨਾਈਜੇਸ਼ਨ ਉਹਨਾਂ ਦੇ ਅਨੁਸਾਰ ਅਸੀਂ ਕਰਨੀ ਆ, ਕਿਉਂਕਿ ਕਾਂਗਰਸ ਦੀ ਮਜ਼ਬੂਤੀ ਵਾਸਤੇ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈ ਕਾਂਗਰਸ ਦੀ ਜੜ੍ਹ ਜਿਹੜੀ ਆ ਕਾਂਗਰਸ ਦਾ ਵਰਕਰ ਜਿਹੜਾ ਬੂਥ ਦੇ ਉੱਤੇ ਬੈਠਦਾ ਹੈ। ਅਤੇ ਮੇਰਾ ਮੰਨਣਾ ਹੈ ਮੈਂਬਰ ਪਾਰਲੀਮੈਂਟ ਦਾ ਉਹਨਾਂ ਦੇ ਨਾਲ ਚਾਹ ਦਾ ਕੰਮ ਪੀਣਾ ਬਹੁਤ ਜ਼ਰੂਰੀ ਹੈ, ਕਿ ਮਤਲਬ ਜਿਹੜੇ ਸਾਡੇ ਚੈਂਪੀਅਨ ਨੇ ਸਾਡੇ ਕਾਂਗਰਸ ਦੇ ਵਰਕਰ ਨੇ, ਤੁਸੀਂ ਕਹਿ ਸਕਦੇ ਚਾਹ ਵਿੱਚ ਚੈਂਪੀਅਨ, ਸਾਡੀ ਵਰਕਰ ਦੇ ਚੈਂਪੀਅਨ ਨੇ, ਅਤੇ ਮੈਂ ਆਪਣੇ ਚੈਂਪੀਅਨ ਦੇ ਨਾਲ ਚਾਹ ਪੀਤੀ ਚਾਹ ਵਿੱਚ ਚੈਂਪੀਅਨ ਬਹੁਤ ਸਿੱਖੋ। ਇਹ ਅਕਾਲੀ ਦਲ ਦਾ ਜਿਹੜਾ ਪਤਨ ਆ ਉਹ ਹੋ ਚੁੱਕਾ ਆ, ਜਿਹੜੇ ਕੁਛ ਲੋਕ ਜਿਹਨਾਂ ਨੂੰ ਬਹੁਤ ਦੇਰ ਤੋਂ ਬਾਅਦ ਸਮਝ ਆਈ ਆ ਉਹ ਹੁਣ ਆਪਣਾ ਨਵੀਂ ਪਾਰਟੀ ਗਠਨ ਕਰਕੇ ਲੋਕਾਂ 'ਚ ਜਾਣਾ ਚਾਹੁੰਦੇ ਆ। ਦੇਖੋ ਹੁਣ ਲੋਕਾਂ ਨੇ ਅੱਗੇ ਫੈਸਲਾ ਲੈਣਾ ਉਹਨਾਂ ਦੇ ਬਾਰੇ, ਕੀ ਫੈਸਲਾ ਲੈਂਦੇ, ਕੀ ਲੱਗਦਾ ਕਿ ਭਵਿੱਖ ਹੈ ਉਹਨਾਂ ਦਾ ਕਿ ਨਹੀਂ? ਦੇਖੋ ਭਵਿੱਖ ਤਾਂ 150-150 ਸਾਲ ਪੁਰਾਣੀਆਂ, 100-100 ਸਾਲ ਪੁਰਾਣੀਆਂ ਪਾਰਟੀਆਂ ਨੇ, ਤੁਹਾਨੂੰ ਪਤਾ ਹੀ ਹੈ ਫਰਕ ਪੈਂਦਾ ਇਹਨਾਂ ਚੀਜ਼ਾਂ ਦਾ। ਇਹ ਤਾਂ ਮਿਹਨਤ ਹੈ, ਜਿੰਨੀ ਮਿਹਨਤ ਕਰ ਲੈਣਗੇ ਭਵਿੱਖ 'ਤੇ ਮਿਹਨਤ ਨਾਲ ਮਿਲਦਾ ਹੈ।